ਅਖਬਾਰਾਂ ਵੰਡਣ ਵਾਲੇ ਹਾਕਰ ਦੀ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਬੁਰੀ ਤਰ੍ਹਾਂ ਕੀਤੀ ਕੁੱਟਮਾਰ। ਮਾਮਲਾ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਹਾਕਰ ਗੁਰਸਾਹਿਬ ਸਿੰਘ ਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ। ਪਿੰਡ ਮਾੜੀ ਉਦੋਕੇ ਦੇ ਵਸਨੀਕ ਗੁਰਸਾਹਿਬ ਸਿੰਘ ਪੁੱਤਰ ਬਲੌਰ ਸਿੰਘ, ਜੋ ਕਿ ਅਖਬਾਰਾਂ ਵੰਡਣ ਦਾ ਕੰਮ ਕਰਦਾ ਹੈ, ਦੀ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਸੜਕ 'ਤੇ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਾਕਰ ਗੁਰਸਾਹਿਬ ਸਿੰਘ ਪੁੱਤਰ ਬਲੌਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਮਹੀਨੇ ਪਹਿਲਾਂ ਪਿੰਡ ਮਾੜੀ ਮੇਘਾ ਦੇ ਹੀ ਇੱਕ ਨੌਜਵਾਨ ਵੱਲੋਂ ਉਸਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਏ ਸਨ, ਜਿਸ ਸੰਬੰਧੀ ਉਹਨਾਂ ਵੱਲੋਂ ਦਰਖਾਸਤ ਦੇਣ 'ਤੇ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਵਿਅਕਤੀਆਂ ਲੜਕੀ ਨੂੰ ਵਰਗਲਾ ਕੇ ਨਾਲ ਲਿਜਾਣ ਦਾ ਪਰਚਾ ਵੀ ਦਰਜ ਕੀਤਾ ਹੈ, ਪਰੰਤੂ ਕਿਸੇ ਵੀ ਦੋਸ਼ੀ ਨੂੰ ਅਜੇ ਤੱਕ ਖਾਲੜਾ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ। ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਵੱਲੋਂ ਅੱਜ ਉਸੇ ਰੰਜਿਸ਼ ਤਹਿਤ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਗੁਰਸਾਹਿਬ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਅਜਿਹੇ ਗੁੰਡਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ SHO ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਗੁਰਸਾਹਿਬ ਸਿੰਘ। ਕਿਹੜਾ ਪਿੰਡ ਗੁਰਸਾਹਿਬ ਸਿੰਘ ਜੀ? ਮਾੜੀ ਮੇਘਾ। ਕੀ ਗੱਲ ਹੋਈ ਹੈ, ਤੁਸੀਂ ਕੇਸ ਖਿਲ ਰਹੇ ਆ, ਤੁਸੀਂ ਥਾਣਾ ਖਾਲੜਾ ਵਿਖੇ ਆਏ, ਕੀ ਮਸਲਾ? ਮੈਂ ਸਰਦਾਰ ਸਾਹਿਬ ਸਵੇਰੇ ਅਖਬਾਰ ਨੂੰ ਕਿਹਾ ਹੈ, ਉੱਧਰੋਂ ਛਾਉਣੀ ਲਾਗੂ ਮੈਂ ਪੇਪਰ ਵੰਡਣੇ ਚਾਲੂ ਕਰਦਾ ਸਿੰਘਪੁਰਾ ਵੀਰ ਮਨਾਲ। ਹਾਕਰ ਦਾ ਕੰਮ ਕਰਦੇ ਹੋ? ਹਾਂਜੀ, ਮੈਂ ਹਾਕਰ ਦਾ, ਮੇਰੇ ਕੋਲ ਏਜੰਸੀ ਹੈ ਜੀ ਜਾਗਰਨ ਅਖਬਾਰ ਦੀ। ਹੋਰ? ਅਤੇ ਮੈਂ ਹੋਰ ਕਿਹੜੀ ਅਖਬਾਰ ਦੀ ਏਜੰਸੀ ਹੈ? ਜਗਬਾਣੀ ਵੀ, ਜੀਤ ਵੀ ਹੈ ਜੀ। ਅੱਛਾ। ਅਤੇ ਪੇਪਰ ਮੈਂ ਤਕਰੀਬਨ ਮੇਰੇ ਕੋਲ ਸਾਰੇ ਹੀ ਹੈ ਜੀ। ਅੱਛਾ ਜੀ। ਅਤੇ ਉੱਧਰੋਂ ਮੈਂ ਤਿੰਨਾਂ ਚੌਂ ਪਿੰਡਾਂ ਦੇ ਵਿੱਚ ਪੇਪਰ ਵੰਡਦਾ ਰਹਿੰਦਾ, ਪਿੰਡ ਨੂੰ ਗਿਆ ਹੈ, ਪਿੰਡੋਂ ਮੈਂ ਮੋਟਰਸਾਈਕਲ ਮੇਰਾ ਕਿਸੇ ਨੇ ਖੜਨਾ ਸੀ, ਮੈਂ ਮੋਟਰਸਾਈਕਲ ਉਹਨੂੰ ਦੇਣ ਦੇ ਚੱਕਰ 'ਚ ਪੇਪਰ ਇੱਕ ਉੱਧਰ ਨੂੰ ਦੇਣ ਗਿਆ ਗਿਰਜੇ ਵੱਲ ਨੂੰ, ਅਤੇ ਇਹਨਾਂ ਮੈਨੂੰ ਜਾਂਦਿਆਂ ਅਣਪਛਾਤੇ ਵਿਅਕਤੀ ਵਿੱਚ ਵੇਖ ਗਏ, ਅਤੇ ਇਹ ਕਿੰਨਾ ਨੇ ਬੰਦੇ ਤੁਹਾਡੇ ਪਿੰਡ ਦੇ ਹੀ ਆ? ਹਾਂਜੀ ਹਾਂਜੀ। ਕੌਣ ਕੌਣ ਹੈ? ਇਹ ਹੈਗਾ ਜੀ ਮੰਨਾ ਸਨ ਆਫ ਮੇਜਰ ਸਿੰਘ, ਅਤੇ ਸ਼ਨੂ ਸ਼ਰਨਜੀਤ ਸਿੰਘ ਸਨ ਆਫ ਮੇਜਰ ਸਿੰਘ, ਲੱਭਾ ਸਿੰਘ ਸਨ ਆਫ ਮੇਜਰ ਸਿੰਘ, ਅਤੇ ਬੱਗਾ ਸਿੰਘ ਸਨ ਆਫ ਭਾਰਤ ਸਿੰਘ ਸਨ ਆਫ ਬੱਗਾ ਸਿੰਘ, ਅਤੇ ਬਾ ਸਿੰਘ, ਅਤੇ ਹੈਗਾ ਜੀ ਇੱਕ ਨਿੱਕਾ ਮੁੰਡਾ ਸ਼ਰਨਜੀਤ ਜੀ ਉਹਦਾ ਨਾਂ, ਅਤੇ ਉਹ ਵੀ ਸਨ ਆਫ ਦੇ ਬਾ ਸਿੰਘ। ਅੱਛਾ, ਇਹ ਮਸਲਾ ਕੀ ਹੈ? ਮਸਲਾ ਕਿਸ ਚੀਜ਼ ਨੂੰ ਲੈ ਕੇ ਗੱਲ ਪਈ? ਇਹਨਾਂ ਪਹਿਲਾਂ ਖੜੀ ਸੀ ਜਿਹੜੇ ਪਵਨ ਸਿੰਘ ਸਨ ਆਫ ਬੱਗਾ ਸਿੰਘ ਨੇ, ਅਤੇ ਉਹ ਚੱਕਰ ਦੇ ਵਿੱਚ ਅਸੀਂ ਤਾਂ ਮਹਾਤੜ ਬੰਦੇ ਜੀ, ਗਰੀਬ ਬੰਦਾ ਮੈਂ, ਅਤੇ ਇਕੱਲਾ ਘਰਾ ਬੰਦਾ ਮੈਂ, ਬੂੜੀ ਬੂੜਾ ਮੇਰੇ ਬਜ਼ੁਰਗ ਆ, ਅਤੇ ਮੈਂ ਇੰਨੀ ਕਮਾਈ ਮੇਰੇ ਕੋਲ ਸਾਧਨ ਹੈਗੇ, ਤੁਹਾਨੂੰ ਪਤਾ ਅਖਬਾਰ 'ਚੋਂ ਕਿੰਨੇ ਕੁ ਪੈਸੇ ਕਿਤੇ ਵੱਜਦੇ ਹੋਣ, ਅਤੇ ਮੈਂ ਉੱਧਰ ਨੂੰ ਪੇਪਰ ਦੇਣ ਜਾਂਦਿਆਂ ਜੀ ਰਾਹ 'ਚ ਜਾਂਦਿਆਂ ਬੜੇ ਜਣੇ ਖਲੋਤੇ ਆ, ਇਹਨਾਂ ਮੋਟਰਸਾਈਕਲ ਮੇਰੇ ਡੱਕਦਿਆਂ ਜੀ, ਕਿਸੇ ਕੋਲ ਬੈਸਬਾਲ ਹੈ ਜੀ, ਕਿਸੇ ਕੋਲ ਤਾਤਰੇ ਆ, ਕਿਸੇ ਕੋਲ ਡਾਂਗਾ, ਇਹ ਇਹਨਾਂ ਮੈਨੂੰ ਰੋੜਿਆਂ ਦੇ ਉੱਤੇ ਹੀ ਸੁੱਟ ਲਿਆ, ਇਹਨਾਂ ਰੋੜਿਆਂ ਤੋਂ ਮੈਨੂੰ ਹਿੱਲਣ ਹੀ ਨਹੀਂ ਦਿੱਤਾ, ਮੇਰੀ ਪੱਗ ਪੁੱਗ ਵੀ ਲਾਤੀ ਇਹਨਾਂ, ਸਭ ਕੁਝ ਵੀ ਉੱਥੇ ਬੜਾ ਕੁਝ ਜੀ, ਮੈਨੂੰ ਟੈਂਪੂ ਦੇ ਵਿੱਚ ਵੀ ਉਹਨਾਂ ਜਿਹੜੇ ਛਡਾਵੇ ਸੀ ਉਹਨਾਂ ਪਾਤਾ ਟੈਂਪੂ 'ਚ ਮੈਨੂੰ ਕੁੱਟੀ ਗਏ, ਇਕੱਲਾ ਬੰਦਾ ਮੈਂ, ਅਤੇ ਇਕੱਲੇ ਬੰਦੇ ਨੂੰ ਮੈਨੂੰ ਵੇਖ ਕੇ ਤਾਂ ਪਰਾਂ ਜਾਂਦੇ। ਇੱਕ ਪੁਰਾਣੀ ਰੰਜਿਸ਼ ਹੈ ਤੁਹਾਡੀ? ਪੁਰਾਣੀ ਰੰਜਿਸ਼ ਉਹ ਹੀ ਹੈ ਜੀ, ਗੁੜੀਆ ਸੀ ਮੇਰੀ। ਅੱਛਾ। ਗੁੜੀਆ ਨੂੰ ਇਹ ਇਹਨਾਂ ਦਾ ਪਵਨ ਸਿੰਘ ਸਨ ਆਫ ਬੱਗਾ ਸਿੰਘ ਦਾ ਮੁੰਡਾ ਜਿਹੜਾ ਹੈ, ਉਹ ਘਰੋਂ ਰਾਤ ਨੂੰ ਤਕਰੀਬਨ ਕੋਈ 2 ਵੱਜ ਕੇ ਅਤੇ 10 ਕੁ ਮਿੰਟ ਹੋਏ ਜਦੋਂ ਇਹ ਲੈ ਗਿਆ, ਅਤੇ ਅਸੀਂ ਇੱਥੇ ਪੁਲਿਸ ਨੂੰ ਕਾਰਵਾਈ ਵੀ ਦਰਖਾਸਤ ਵੀ ਦਿੱਤੀ ਆ, ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ, ਸਾਡੀ ਸੁਣਵਾਈ ਨਹੀਂ ਹੁੰਦੀ, ਅਸੀਂ ਚੁੱਪ ਕਰਕੇ ਘਰ ਬਹਿ ਗਏ। ਜਦੋਂ ਅਸੀਂ, ਮੈਂ ਹੁਣ ਇਕੱਲਾ ਬੰਦਾ, ਮੇਰਾ ਭਰਾ ਮੇਰਾ ਛੋਟਾ ਸੀ, ਉਹਦਾ ਐਕਸੀਡੈਂਟ ਦਾ ਡੈਥ ਹੋ ਗਈ। ਕੁੜੀ ਤੁਹਾਡੀ ਵਾਪਸ ਨਹੀਂ ਆਈ? ਨਹੀਂ ਜੀ ਆਈ। ਉਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ? ਕੋਈ ਨਹੀਂ ਕਾਰਵਾਈ ਹੋਈ ਜੀ। ਅੱਜ ਉਸ ਚੀਜ਼ ਨੂੰ ਲੈ ਕੇ ਫਿਰ ਤੁਹਾਡੀ ਕੁੱਟਮਾਰ ਕੀਤੀ? ਉਸੇ ਚੀਜ਼ ਨੂੰ ਲੈ ਕੇ ਜੀ, ਇਹ ਮੇਰੇ ਗਲ ਪੈ ਗਏ ਆ, ਇਹ ਆਉਂਦੇ ਜੀ ਤੁਸੀਂ ਮੁੱਛਾਂ ਆਈਆਂ, ਤੁਸੀਂ ਸਾਨੂੰ ਆਉਂਦੇ ਜੀ ਮੁੱਛਾਂ ਮਰੋੜਦੇ ਜੀ, ਕਿਹਨੂੰ ਮੁੱਛਾਂ ਮਰੋੜਾਂਗਾ, ਇਸੇ ਚੱਕਰ ਦੇ ਵਿੱਚ ਮੇਰੇ ਗਲ ਪੈ ਗਏ ਜੀ, ਇਹ ਮੁੰਡੇ ਸਾਡੇ ਆ, ਉਹਨਾਂ ਨੂੰ ਵੇਖ ਵੇਖ ਕੇ ਮੁੱਛਾਂ ਚੜਾਉਂਦੇ ਆ। ਹੁਣ ਕੀ ਮੰਗ ਕਰਦੇ? ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਜੀ, ਮੈਨੂੰ ਇਨਸਾਫ ਦਿੱਤਾ ਜਾਵੇ, ਗਰੀਬ ਬੰਦਾ ਮੈਂ, 9-10 ਜੀ ਇਕੱਲਾ ਪਾਲਦਾ ਜੀ। ਪੁਰਾਣੀ ਦਰਖਾਸਤ ਦੇ ਦਿੱਤੀ ਜੀ? ਹਾਂਜੀ, ਉਹ ਪੁਰਾਣੀ ਦਰਖਾਸਤ ਨਾਲ ਲਾਤੀ ਹੈ ਜੀ। ਠੀਕ ਹੈ। ਬਲੌਰ ਸਿੰਘ ਜੀ। ਕਿਹੜਾ ਪਿੰਡ ਜੀ? ਮਾੜੀ ਮੇਘਾ ਜੀ। ਆ ਤੁਹਾਡੇ ਲੜਕੇ ਦੀ ਕੁੱਟਮਾਰ ਕੀਤੀ ਗਈ ਪਿੰਡ ਵਾਸੀਆਂ ਵੱਲੋਂ, ਕੀ ਮਾਮਲਾ ਜੀ? ਅਖਬਾਰ ਲੈ ਕੇ ਜਾਂਦਾ ਸੀ, ਅਤੇ ਉੱਥੇ ਆਖਣ ਲੱਗੇ ਵੀ ਤੂੰ ਸਾਡੀ ਮਤਲਬ ਕਿ ਬਦਨਾਮੀ ਕਰਦਾ, ਅਤੇ ਇਹਨੂੰ ਕੁੱਟਮਾਰ ਕੀਤੀ। ਕੇਸ ਇਹਨਾਂ ਲੋਕਾਂ ਨੇ ਕੀਤੀ ਕੁੱਟਮਾਰ? ਇਹ ਜੀ ਉੱਥੇ ਆਪਣੇ ਅੱਗੇ ਕੁੜੀ ਲੈ ਕੇ ਕੱਢ ਗਈ, ਮਤਲਬ ਕਿ ਇਹੋ ਹੀ ਨਾ, ਮਤਲਬ ਕਿ ਇਹ ਆਦੇ ਆ ਵੀ ਸਾਡੀ ਤੂੰ ਬਦਨਾਮੀ ਕਰਦਾ ਜਾ ਕੇ। ਉਹਨਾਂ ਮੁੰਡਿਆਂ ਨੇ ਕੁੱਟਮਾਰ ਕੀਤੀ ਫਿਰ ਜੀ। ਤੁਹਾਡੀ ਕੁੜੀ ਵਾਪਸ ਨਹੀਂ ਆਈ? ਨਹੀਂ ਆਈ।
ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਆ? ਨਹੀਂ ਹੋਈ ਜੀ। ਤੇ ਅੱਜ ਜਿਹੜੀ ਕੁੱਟਮਾਰ ਕੀਤੀ ਹੈ ਇਸ ਸੰਬੰਧੀ ਕੋਈ ਦਰਖਾਸਤ ਦਿੱਤੀ ਜਾਣੀ? ਦਰਖਾਸਤ ਦਿੱਤੀ ਹੈ ਜੀ, ਕੋਈ ਕਾਰਵਾਈ ਨਹੀਂ ਹੋਈ। ਕੀ ਮੰਗ ਕਰਦੇ ਜੀ? ਹਾਂਜੀ, ਸਾਡਾ ਇਨਸਾਫ ਦਿੱਤਾ ਜਾਵੇ ਜੀ। ਠੀਕ ਹੈ। ਆਹ ਮਹਿਲ ਮੈਂ ਮਹਿਲ ਸਿੰਘ ਆ, ਮਾੜੀ ਮੇਗੇ ਤੋਂ। ਮਾੜੀ ਮੇਗੇ ਤੋਂ ਮਹਿਲ ਸਿੰਘ ਜੀ, ਤੁਹਾਡੇ ਪਿੰਡ ਮੁੰਡਾ ਅਖਬਾਰਾਂ ਵੰਡਦਾ ਹੈ, ਹੱਕ ਰਿਹਾ, ਉਹਦੀ ਕੁੱਟਮਾਰ ਕੀਤੀ ਗਈ ਹੈ, ਕੀ ਮਾਮਲਾ ਸਰ? ਇਹ ਮਾਮਲਾ ਭਾਅ ਜੀ ਇਹਨਾਂ ਦਾ ਨਾ ਅੱਜ ਨਹੀਂ ਗਏ, ਪਿੱਛੇ ਤਕਰੀਬਨ 6ਵੇਂ ਮਹੀਨੇ 'ਚ ਨਾ ਕੁੜੀ ਕੱਢ ਕੇ ਲੈ ਗਏ ਇਹਨਾਂ ਦੀ। ਇਹ ਅਖਬਾਰਾਂ ਵਾਲੇ ਮੁੰਡੇ ਦੀ ਇਸੇ ਸਾਹ ਸੰਬੰਧੀ ਨਾ ਲੜਕੀ ਜਿਹੜੀ ਆ, ਅਨਬਾਲਕ ਲੜਕੀ ਆ, ਪਿੰਡ ਵਾਲਿਆਂ ਨੂੰ ਖੜੀ ਆ, ਇਸ ਇਹਨਾਂ ਦੇ ਪਰਿਵਾਰ ਨੇ, ਸਾਰਾ ਪਰਿਵਾਰ ਇਹ ਇਕੱਠਾ ਹੀ ਆ, ਇਹਨਾਂ ਦਾ ਚਾਚਾ ਤਾਇਆ ਦਾ ਮੁੰਡਾ ਜਿਹਨਾਂ ਖੜੀ ਆ, ਇਹਦਾ ਵੀ ਅੱਗੇ ਜਿਹੜਾ ਜਿਹਨਾਂ ਮੁੰਡਿਆਂ ਕੁੱਟਿਆ ਇਹਨਾਂ ਦਾ ਵੀ ਅੱਗੇ ਪਰਚਾ ਇੱਕਦਾ ਹੋਇਆ ਹੈ। ਅੱਛਾ। ਅਤੇ ਪੁਲਿਸ ਨੇ ਉੱਥੇ ਕੋਈ ਸਟੈਂਡ ਨਹੀਂ ਲਿਆ, ਜੋ ਘਰੇ ਤੁਰੇ ਫਿਰਦੇ ਇੱਥੇ ਤੁਰੇ ਫਿਰਦੇ ਆ, ਸਿਰਫ ਕੁੜੀ ਵਾਲੇ ਜਿਹੜੇ ਆ ਉਹ ਹੀ ਪਤਾ ਨਹੀਂ ਉਹਨਾਂ ਕੁੜੀ ਕਿੱਥੇ ਲੈ ਕੇ ਬੈਠੀ, ਬਾਕੀ ਇਹਨਾਂ ਨੂੰ ਵੀ ਪਤਾ ਸਾਰਾ ਕੁੜੀ ਦਾ ਕਿੱਥੇ ਹੈਗੀ ਕਿੱਥੇ ਨਹੀਂ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਵਿਚਾਰਾ ਇਕੱਲਾ ਹੈਗਾ, ਅੱਗੇ ਵੀ ਜਿਹੜਾ ਇਹਨਾਂ ਦਾ ਭਰਾ ਸੀ ਉਹ ਅਖਬਾਰ ਲੈਣ ਗਿਆ ਅਤੇ ਉਹਦਾ ਐਕਸੀਡੈਂਟ ਹੋ ਗਿਆ ਅਤੇ ਉਹ ਭਿੱਖੇ ਵੇਟ ਲਾ ਕੇ ਮਾਰਿਆ ਗਿਆ ਸੀ, ਹੁਣ ਇਹ ਇਕੱਲਾ ਆ ਅਤੇ ਦੋ ਇਹਦੇ ਬੱਚੇ, ਤਿੰਨ ਦੋ ਉਹਦੇ ਬੱਚੇ ਜਿਹੜਾ ਮਰ ਗਿਆ, ਇਹ ਉਹਨਾਂ ਨੂੰ ਵੀ ਪਾਲਦਾ ਆ। ਅੱਜ ਵਾਰਦਾਤ ਕੀ ਹੁੰਦੀ ਹੈ? ਇਹਦੇ ਸਿਰ ਆ, ਇਹ ਡਰਦੇ ਨੇ, ਕੁੜੀ ਵੀ ਲੈ ਗਏ ਆ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦਾ ਵੀ ਮੈਂ ਇਕੱਲਾ ਆ ਉਹ ਆ। ਇਹਨੂੰ 22 ਕੀ ਧਮਕੀਆਂ ਵੀ ਦਿੰਦੇ ਆ, ਤੈਨੂੰ ਐਂ ਕਰ ਦਾਂਗੇ ਤੂੰ ਅਖਬਾਰ ਲੈਣ ਜਾਣਾ, ਤੈਨੂੰ ਮਾਰ ਦਾਂਗੇ, ਸਾਡੇ ਕੋਲ ਰਿਵਾਲਵਰ, ਅੱਜ ਕੀ ਵਾਰਦਾਤ ਹੁੰਦੀ ਹੈ? ਗੋਲੀ ਮਾਰ ਦਾਂਗੇ, ਤੈਨੂੰ ਐਂ ਕਰ ਦਾਂਗੇ। ਇਹ ਨਾ ਜਿੰਨੀ ਕੁ ਦੜ ਵੱਟੀ ਨੇ ਉਹਨਾਂ ਭਲਵਾਨ ਸੀ ਦਾ ਫਾਇਦਾ ਉਠਾਉਂਦਿਆਂ ਹੋਇਆਂ, ਅੱਜ ਸਵੇਰੇ ਸਗੋਂ ਮੇਰੇ ਕੋਲ ਵੀ ਗਏ ਆ ਅਤੇ ਮੈਨੂੰ ਉੱਥੇ ਆਉਂਦੇ ਵੀ ਨਹੀਂ ਸਾਡੀ ਕੋਈ ਗੱਲਬਾਤ ਨਹੀਂ, ਅਜੇ ਮੇਰੇ ਕੋਲ ਖੇਤ ਗਏ ਆ ਅਤੇ ਖੇਤੋਂ ਆਉਂਦਿਆਂ ਮੈਂ ਅਜੇ ਘਰ ਆ ਕੇ ਕੱਪੜੇ ਨਹੀਂ ਲਾਏ, ਉਨੇ ਚਿਰ ਨੂੰ ਇਹਨਾਂ ਫਿਰ ਇਹਨੂੰ ਕੁੱਟ ਕੱਟ ਘੱਤਿਆ, ਕੁੱਟ ਕੁੱਟ ਕੇ ਇਹਦਾ ਕੇਸਾਂ ਦੀ ਵੀ ਬੇਅਦਬੀ ਕੀਤੀ ਆ, ਇਹਦੀ ਪੱਗ ਪੁੱਗ ਵੀ ਪਤਾ ਨਹੀਂ ਉਹ ਲੈ ਗਏ ਕਿ ਹੋਰ ਕੋਈ ਲੈ ਗਏ, ਉੱਥੇ ਬੰਦੇ ਉੱਥੇ ਵਾਹ ਵਾਹ ਉਹਨਾਂ ਪੈ ਪੂ ਕੇ ਅਤੇ ਮਹਾਂ ਖਿੱਚ ਕੇ ਇਹਨੂੰ ਛਡਾਇਆ, ਹੋ ਸਕਦਾ ਮਾਰ ਹੀ ਦਿੰਦੇ 10-15 ਬੰਦੇ। ਕੀ ਮੰਗ ਕਰਦੇ? ਅਸੀਂ ਮੰਗ ਇਹੋ ਹੀ ਕਰਦੇ ਹਾਂ ਵੀ ਭਗਵੰਤ ਮਾਨ ਨੂੰ ਵੀ ਇਹੋ ਗੱਲ ਕਹਿੰਦੇ ਹਾਂ ਵੀ ਜੇ ਆਪਾਂ ਸਰਕਾਰ ਬਣਾਈ ਇਨਸਾਫ ਵਾਸਤੇ, ਸੱਚਾਈ ਵਾਸਤੇ, ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਾਲ ਧੱਕਾ ਕਰੋ, ਸੱਚਾਈ ਦੇ ਵਿੱਚ ਸਾਨੂੰ ਇਨਸਾਫ ਮਿਲਣਾ ਚਾਹੀਦਾ, ਬਸ ਇਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਜੇ ਉਹ ਸੱਚਾਈ ਆ, ਸੱਚਾਈ 'ਤੇ ਇਨਸਾਫ ਮਿਲੇ, ਸਾਡੀ ਲੜਕੀ ਅਨਵਾਲ ਕੇ ਆ, ਸਾਨੂੰ ਲੜਕੀ ਵਾਪਸ ਜਿੱਥੋਂ ਮਰਜ਼ੀ ਆ, ਸਾਨੂੰ ਲੜਕੀ ਵਾਪਸ ਚਾਹੀਦੀ ਆ। ਠੀਕ ਸਰ, ਇੱਕ ਮਾੜੀ ਮੇਗੇ ਤੋਂ ਹੱਕ ਰਿਹਾ ਅਖਬਾਰਾਂ ਦਾ ਕੰਮ ਕਰਦਾ, ਅੱਜ ਅਖਬਾਰ ਵੰਡਣ ਗਿਆ ਸੀਗਾ, ਉਹਦੀ ਕੁੱਟਮਾਰ ਕੀਤੀ ਗਈ ਹੈ, ਕੀ ਮਾਮਲਾ ਸਰ? ਉਹਦੀ ਹੁਣੇ ਸਾਡੇ ਕੋਲ ਦਰਖਾਸਤ ਆਈ ਹੈ ਅਤੇ ਮੁਲਾਜ਼ਮ ਭੇਜ ਦਿੱਤੇ। ਪਤਾ ਲੱਗਾ ਸਰ, ਉਹਦੀ ਲੜਕੀ ਅੱਗੇ ਦੱਸਦੇ ਵੀ ਉਸੇ ਪਰਿਵਾਰ ਵੱਲੋਂ ਉਹਦੀ ਲੜਕੀ ਵੀ ਭਜਾ ਕੇ ਲੈ ਗਏ ਆ, ਨਾਬਾਲਗ ਲੜਕੀ ਆ, ਉਸ ਸੰਬੰਧੀ ਵੀ ਦਰਖਾਸਤ ਦਿੱਤੀ ਗਈ ਹੈ, ਅਤੇ ਉਹ ਕਿਤੇ ਮਾੜਾ ਚੰਗਾ ਮਤਲਬ ਕਿਸੇ ਨਾਲ ਗੱਲ ਕਰਦਾ ਵੀ ਮੇਰੀ ਲੜਕੀ ਭਜਾਈ ਆ ਇਹਨਾਂ ਲੋਕਾਂ ਨੇ, ਉਹ ਅੱਗੋਂ ਨੂੰ ਜਾਨੋ ਮਾਨ ਦੀਆਂ ਧਮਕੀਆਂ ਦੇ ਰਹੇ ਆ, ਅਤੇ ਨਾਲ ਅੱਜ ਇਹਨਾਂ ਨਾਲ ਕੁੱਟਮਾਰ ਵੀ ਕਰ ਦਿੱਤੀ। ਇਹਦੇ ਬਾਰੇ ਤੁਰੰਤ ਕਾਰਵਾਈ ਕੀਤੀ। ਠੀਕ ਹੈ, ਠੀਕ ਹੈ ਸਰ, ਧੰਨਵਾਦ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ, ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।